ਸਤਿ ਸ਼੍ਰੀ ਅਕਾਲ ਦੋਸਤੋ, ਪੰਜਾਬ ਹੱਬ ਦੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਇੱਕ ਦਫ਼ਾ ਫਿਰ ਤੋਂ ਸਵਾਗਤ ਕਰਦੇ ਹਾਂ। ਅੱਜ ਦੋਸਤੋ 17 ਮਾਰਚ ਹੈ ਤੇ ਅੱਜ ਦਾ ਦਿਨ ਪੰਜਾਬੀ 뮤직 ਇੰਡਸਟਰੀ ਵਾਸਤੇ ਬਹੁਤ ਵੱਡਾ ਦਿਨ ਹੈ। ਨਿੱਕੀਆਂ ਮੋਟੀਆਂ ਅਪਡੇਟਸ ਆਪਾਂ ਅਕਸਰ ਹੀ ਕਵਰ ਕਰਦੇ ਰਹਿੰਦੇ ਹਾਂ, ਪਰ ਅੱਜ ਵਾਲੀ ਅਪਡੇਟਸ ਦੇ ਵਿੱਚ ਸਾਰੀਆਂ ਹੀ ਵੱਡੀਆਂ ਅਪਡੇਟਸ ਪੰਜਾਬੀ 뮤직 ਇੰਡਸਟਰੀ ਬਾਰੇ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਸਭ ਤੋਂ ਪਹਿਲਾਂ ਗੱਲਬਾਤ ਦੋਸਤੋ ਆਪਾਂ ਦਿਲਜੀਤ ਦੋਸਾਂਝ ਦੀ ਕਰਾਂਗੇ। ਪੰਜਾਬੀ 뮤직 ਇੰਡਸਟਰੀ ਨੂੰ ਇੰਟਰਨੈਸ਼ਨਲ ਲੈਵਲ ਦੇ ਉੱਤੇ ਦਿਲਜੀਤ ਦੋਸਾਂਝ ਵੱਲੋਂ ਰਿਪ੍ਰਜੈਂਟ ਕੀਤਾ ਜਾ ਰਿਹਾ ਹੈ। ਦਿਲਜੀਤ ਦੋਸਾਂਝ ਦਾ ਕੱਲ੍ਹ ਮੁੰਬਈ ਦੇ ਵਿੱਚ ਕੌਨਸਰਟ ਸੀ। ਕੌਨਸਰਟ ਦੇ ਵਿੱਚ ਦਿਲਜੀਤ ਦੋਸਾਂਝ ਦੇ ਨਾਲ ਐਡ ਸ਼ੀਰਨ ਨਜ਼ਰ ਆਏ। ਜਾਣਕਾਰੀ ਲਈ ਦੱਸ ਦਈਏ, ਐਡ ਸ਼ੀਰਨ ਦੁਨੀਆ ਭਰ ਦੇ ਸਭ ਤੋਂ ਵੱਧ ਫੋਲੋ ਕੀਤੇ ਜਾਣ ਵਾਲੇ ਆਰਟਿਸਟਾਂ ਦੀ ਲਿਸਟ ਦੇ ਵਿੱਚ ਸਪੋਟੀਫਾਈ ਦੇ ਉੱਤੇ ਪਹਿਲੇ ਨੰਬਰ ਦੇ ਉੱਤੇ ਆਉਂਦੇ ਨੇ। ਜਿੱਥੇ ਦੋਸਤੋ ਸਟੇਜ ਦੇ ਉੱਤੇ ਦਿਲਜੀਤ ਦੋਸਾਂਝ ਦੇ ਨਾਲ ਐਡ ਸ਼ੀਰਨ ਨਜ਼ਰ ਆਏ, ਉੱਥੇ ਹੀ ਦੋਸਤੋ ਦਿਲਜੀਤ ਦੋਸਾਂਝ ਦੇ ਨਾਲ ਉਹਨਾਂ ਨੇ ਲਵਰ ਟਰੈਕ ਦੇ ਉੱਤੇ ਪਰਫੋਰਮ ਵੀ ਕੀਤਾ ਤੇ ਕੱਲੀ ਉਹਨਾਂ ਨੇ ਲਿਪ ਸਿੰਕ ਨਹੀਂ ਕੀਤੀ, ਸਗੋਂ ਪੰਜਾਬੀ ਦੇ ਵਿੱਚ ਲਿਰਿਕਸ ਨੂੰ ਉਹਨਾਂ ਨੇ ਗਾਇਆ ਵੀ। ਕਿਤੇ ਨਾ ਕਿਤੇ ਇਹ ਗੱਲ ਵੀ ਪੰਜਾਬੀ 뮤직 ਇੰਡਸਟਰੀ ਵਾਸਤੇ ਬਹੁਤ ਵੱਡੀ ਮਾਣ ਵਾਲੀ ਗੱਲ ਹੈ। ਅੱਗੇ ਵੱਧਦੇ ਹਾਂ ਦੋਸਤੋ ਅਤੇ ਗੱਲਬਾਤ ਆਪਾਂ ਸ਼ੁਭ ਦੀ ਕਰ ਲੈਂਦੇ ਹਾਂ। ਸ਼ੁਭ ਵੀ ਪੰਜਾਬੀ 뮤직 ਇੰਡਸਟਰੀ ਨੂੰ ਇਸ ਸਮੇਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਰੀਪ੍ਰਜੈਂਟ ਕਰਦਾ ਹੈ। ਸ਼ੁਭ ਦਾ ਨੋ ਲਵ ਗਾਣਾ ਰਿਲੀਜ਼ ਕੀਤਾ ਗਿਆ ਸੀ, ਪਹਿਲਾ ਪੰਜਾਬੀ ਸੋਲੋ ਟਰੈਕ ਬਣ ਚੁੱਕਿਆ ਹੈ, ਜਿਸ ਦੇ ਉੱਤੇ ਕਿ 350 million ਸਪੋਟੀਫਾਈ ਸਟ੍ਰੀਮਸ ਪੂਰੀਆਂ ਹੋਈਆਂ ਨੇ। ਕਿਤੇ ਨਾ ਕਿਤੇ ਕਾਫ਼ੀ ਵੱਡੀ ਗੱਲ ਹੈ, ਵੱਡੀਆਂ ਕਲੈਬਰੇਸ਼ਨਾਂ ਦੇ ਉੱਤੇ ਵੀ ਇੰਨੀਆਂ ਸਟ੍ਰੀਮਸ ਨਹੀਂ ਆਉਂਦੀਆਂ। ਪਰ ਸ਼ੁਭ ਦੇ ਵੱਲੋਂ ਸੋਲੋ ਟਰੈਕ ਰਿਲੀਜ਼ ਕੀਤਾ ਗਿਆ, ਇੰਡੀਪੈਂਡੈਂਟ ਤੌਰ ਦੇ ਉੱਤੇ ਗਾਣਾ ਰਿਲੀਜ਼ ਕੀਤਾ ਗਿਆ ਅਤੇ ਇੰਨੀਆਂ ਸਟ੍ਰੀਮਸ ਆਈਆਂ ਨੇ, ਕਾਫ਼ੀ ਵੱਡੀ ਗੱਲ ਹੈ। ਅੱਗੇ ਵੱਧਦੇ ਹਾਂ ਦੋਸਤੋ ਅਤੇ ਇੱਕ ਵਾਰ ਫਿਰ ਤੋਂ ਗੱਲਬਾਤ ਆਪਾਂ ਸ਼ੁਭ ਦੀ ਕਰ ਲੈਂਦੇ ਹਾਂ, ਪਰ ਇਸ ਵਾਰ ਆਪਾਂ ਗੱਲਬਾਤ ਕਰਾਂਗੇ ਸ਼ੁਭਦੀਪ ਸਿੰਘ ਸਿੱਧੂ ਯਾਨੀ ਕਿ ਸਿੱਧੂ ਮੂਸੇਵਾਲੇ ਦੀ। 17 ਮਾਰਚ ਯਾਨੀ ਕਿ ਅੱਜ ਦਾ ਦਿਨ ਕਾਫ਼ੀ ਹਿਸਟੋਰੀਕਲ ਦਿਨ ਹੈ, ਕਿਉਂਕਿ ਪੰਜਾਬੀ 뮤직 ਇੰਡਸਟਰੀ ਦੇ 69 ਸਿੱਧੂ ਮੂਸੇਵਾਲੇ ਦੀ ਮਾਤਾ ਜੀ ਦੇ ਕੁੱਖੋਂ ਸਿੱਧੂ ਦੇ ਭਰਾ ਨੇ ਜਨਮ ਲਿਆ ਹੈ। ਕਿਤੇ ਨਾ ਕਿਤੇ ਸਿੱਧੂ ਨਾਲ ਜੁੜੇ ਹੋਏ ਸਾਰੇ ਫੈਨਸ ਦੇ ਵਿੱਚ ਇਸ ਸਮੇਂ ਖੁਸ਼ੀ ਦੀ ਲਹਿਰ ਹੈ। ਪੰਜਾਬੀ 뮤직 ਇੰਡਸਟਰੀ ਵਾਸਤੇ ਵੀ ਕਾਫ਼ੀ ਵੱਡਾ ਦਿਨ ਹੈ ਅਤੇ ਕਿਤੇ ਨਾ ਕਿਤੇ ਕਿਹਾ ਜਾ ਰਿਹਾ ਹੈ ਕਿ ਸਿੱਧੂ ਦੀ ਨਿੱਕੇ ਪੈਰੀ ਇੱਕ ਵਾਰ ਫਿਰ ਤੋਂ ਵਾਪਸੀ ਹੋ ਚੁੱਕੀ ਹੈ ਅਤੇ ਕਿਤੇ ਨਾ ਕਿਤੇ ਸਿੱਧੂ ਦੇ ਫੈਨਸ ਦੇ ਵਾਸਤੇ ਅੱਜ ਦਾ ਦਿਨ ਕਿਸੇ ਵੀ ਤਿਉਹਾਰ ਤੋਂ ਘੱਟ ਨਹੀਂ ਹੈਗਾ। ਬਾਕੀ ਦੋਸਤੋ 뮤직 ਇੰਡਸਟਰੀ ਦੀਆਂ ਹੋਰ ਅਪਡੇਟਸ ਤੁਹਾਨੂੰ ਇਸ ਚੈਨਲ ਦੇ ਉੱਤੇ ਰੈਗੂਲਰ ਮਿਲਦੀਆਂ ਰਹਿਣਗੀਆਂ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਦੇ ਨਾਲ।